ਮਿਹਨਤ ਕਸ਼ ਬੰਦੇ ਔਰ ਰੁਜ਼ਗਾਰ ਲੈਣ ਆਉਂਦੇ ਬੰਦੇ ਜਿਹੜੇ ਵੀ ਇੱਦਾਂ ਟੂਣਾ ਡਾਕਾ ਜੁੱਤੀਆਂ ਉਹਨਾਂ ਦੇ ਮਾਰੋ। 40 ਰੁਪਏ ਝਾੜੂ ਵੀ ਰੱਖ ਚੱਲਿਆ ਇੱਥੇ ਦੇਖੋ, ਨਹੀਂ ਝਾੜੂ ਵੀ ਆਪਣੇ ਕੋਲੋਂ ਲੈ ਗਿਆ ਸੀ ਤੁਸੀਂ। ਜਿਹੜਾ ਵੀ ਕੋਈ ਗਲਤ ਕੰਮ ਕਰੇਗਾ ਮੈਂ ਉਹਦੇ ਖਿਲਾਫ ਖੜਾ, ਚਾਹੇ ਕੋਈ ਹੋਵੇ, ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ। ਕੀ ਹਾਲ ਚਾਲ ਨੂੰ ਉਮੀਦ ਕਰਦਾ ਤੁਸੀਂ ਚੰਗੇ ਹੋਵੋਗੇ। ਮੈਂ ਚੱਪਲਾਂ ਲੈ ਗਿਆ ਪੁੱਤ, ਜਲੰਧਰ ਦੇ ਚੌਂਕ ਦੇ ਵਿੱਚ ਨੀਤੂ ਸ਼ਟਰਾ ਪਹੁੰਚਿਆ ਹੋਇਆ, ਬਾਲਟੀ ਫੜਾ ਦਿਓ ਜਗ੍ਹਾ ਦੇ ਉੱਤੇ, ਬਾਲਟੀ ਬਾਲਟੀ ਵਿਅਕਤੀ ਵੱਲੋਂ ਜਿਹੜਾ ਹੈਗਾ ਹੈ ਉਹ ਟੁੱਟਿਆ ਦਿੱਤਾ ਗਿਆ, ਜਿਸ ਤੋਂ ਬਾਅਦ ਨੀਤੂ ਸ਼ਟਰਾ ਵਾਲੇ ਵੱਲੋਂ ਇਸ ਜਗ੍ਹਾ ਦੇ ਉੱਤੇ ਸਫਾਈ ਕੀਤੀ ਗਈ। ਗੱਲਬਾਤ ਵੀ ਅਸੀਂ ਜਿਹੜੀ ਹੈਗੀ ਉਹ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਈ ਜੀ ਕਹਿੰਦੇ ਤੁਸੀਂ ਕਹਿ ਰਹੇ ਹੋ ਕਿ ਸਫਾਈ ਕੀਤੀ, ਅੱਜ ਚੌਂਕ ਦੀ ਕੀ ਗੱਲ ਹੋ ਗਈ? ਸਰ ਇੱਥੇ ਕਹਿੰਦੇ ਟੂਣਾ ਕੀਤਾ ਸੀਗਾ, ਟੂਣਾ ਸਾਰਾ ਵਿੱਚ ਪਾਤਾ, ਦੇਖੋ ਕਾਲਾ ਕੱਪੜਾ ਸਾਰਾ ਕੁਝ ਵਿੱਚ ਹੈਗਾ, ਔਰ ਮੈਂ ਇੱਥੇ ਦੇਸ਼ ਦਾ ਬੰਦਾ ਰਾਕਸ਼, ਮੈਂ ਇੱਥੇ ਰਕਸ਼ਕ ਆ ਰਿਹਾ ਕਿ ਕੋਈ ਰਾਕਸ਼ਸ ਨਹੀਂ ਹੈਗਾ ਇੱਥੇ ਦਾ, ਠੀਕ ਹੈ ਨਾ। ਪਰ ਕੁਝ ਬੰਦੇ ਜਿਹੜੇ ਸਰਕਾਰਾਂ ਨੇ ਭੇਜੇ ਏਜੰਟ, ਉਹ ਬੰਦਾ ਆਇਆ ਤੇ ਉਹ ਮੈਨੂੰ ਕਹਿੰਦਾ ਜੀ ਜੇ ਉਹ ਪਤਾ ਨਹੀਂ ਕਿਹੜੇ ਲੀਡਰ ਨੇ 500 ਰੁਪਏ ਦਿੱਤਾ ਉਹਨੂੰ, ਤੇ ਉਹ ਗੱਲਾਂ ਕਰਨ ਲੱਗ ਪਿਆ ਮੇਰੇ ਖਿਲਾਫ ਵੀ ਜਿਹੜਾ ਸੱਚਾ ਬੰਦਾ ਹੁੰਦਾ ਉਹਦੇ ਕੋਈ ਕੰਮ ਵਧੀਆ ਕਰ ਜਾਵੇ, ਇਹਨਾਂ ਲੋਕਾਂ ਨੂੰ ਹਜਮ ਨਹੀਂ ਹੁੰਦਾ ਲੀਡਰਾਂ ਨੂੰ। ਹੁਣ ਕਿਸਾਨ ਲੜ ਰਹੇ ਆ, ਮਰ ਰਹੇ ਆ, ਉਹਨਾਂ ਬਾਰੇ ਦਿੱਤ ਨੂੰ ਮੈਂ ਕਹੂੰਗਾ ਵੀ ਤੂੰ ਕੁਛ ਬੋਲ, ਉਹਨਾਂ ਦੇ ਹੱਕ 'ਚ ਬੋਲ, ਹਿੰਮਤ ਹੈ ਨਹੀਂ ਬੋਲੇਗਾ, ਕਿਉਂ ਨਹੀਂ ਬੋਲੇਗਾ, ਇਹਨੂੰ ਸਿਰਫ ਆਪਣੇ ਤੱਕ ਮਤਲਬ ਆ, ਦੇਸ਼ ਨਾਲ ਕੋਈ ਮਤਲਬ ਨਹੀਂ, ਮੈਨੂੰ ਦੇਸ਼ ਨਾਲ ਮਤਲਬ ਆ, ਮੈਨੂੰ ਆਪਣੇ ਦੇਸ਼ ਨਾਲ ਪਿਆਰ ਆ, ਪੰਜਾਬ ਨਾਲ ਪਿਆਰ ਆ, ਇੰਡੀਆ ਨਾਲ ਪਿਆਰ ਆ, ਪਰ ਦੇਸ਼ ਨਾਲ ਪਿਆਰ ਆ। ਅੱਛਾ ਤੁਸੀਂ ਸਫਾਈ ਕਿਉਂ ਕਰ ਰਹੇ ਸੀ? ਸਫਾਈ ਇੱਥੇ ਭਾਜੀ ਟੂਣਾ ਕੀਤਾ ਕਿਸੇ ਕੰਜਰ ਨੇ, ਉਹਦੇ ਬੱਚੇ ਮਰ ਜਾਣ, ਮੈਂ ਨਹੀਂ ਕੀਤਾ, ਮੈਂ ਨਹੀਂ ਕੀਤਾ, ਠੀਕ ਆ। ਮੈਂ ਤੇ ਚੱਕਿਆ ਔਰ ਚੱਕ ਕੇ ਮੈਂ ਤੇ ਆਪਣੇ ਇਨਸਾਨੀਅਤ ਤੌਰ ਤੇ ਜੋ ਮੇਰਾ ਫਰਜ਼ ਬੰਦਾ ਮੈਂ ਉਹ ਫਰਜ਼ ਕੀਤਾ। ਲੋਕ ਤੁਹਾਨੂੰ ਦੇਖ ਰਹੇ ਨੇ, ਉਹ ਕਹਿੰਦੇ ਪਏ ਨੇ ਕਿ ਪਤਾ ਨਹੀਂ ਕੀ ਹੋ ਗਿਆ, ਫੇਮ ਖੱਟਣ ਨੂੰ ਕਰ ਰਹੇ ਆ। ਦੁਨੀਆ ਵਿੱਚ ਇਹੀ ਕੰਮ ਨਹੀਂ ਰਹਿ ਗਿਆ ਫੇਮ ਖੱਟਣ ਵਾਸਤੇ, ਹੋਰ ਵੀ ਹੈਗਾ, ਪਰ ਸ਼ਹੀਦਾਂ ਦੀ ਜਗ੍ਹਾ ਵਾ ਇੱਥੇ। ਮੈਂ ਤਾਂ ਆਇਆ ਕਿ ਇੱਥੇ ਲਾਲ ਬਹਾਦਰ ਸ਼ਾਸਤਰੀ ਚੌਂਕ ਜਿਹੜਾ ਸ਼ਹੀਦੀ ਚੌਂਕ ਆ, ਇਹਨੂੰ ਮੈਂ ਇੱਦਾਂ ਨਹੀਂ ਦੇਖ ਸਕਦਾ, ਠੀਕ ਆ। ਤੁਹਾਨੂੰ ਦੱਸਿਆ ਕਿਵੇਂ ਕਿੰਨੇ ਕੀ ਇੱਥੇ ਟੂਣਾ ਕੀਤਾ ਹੈ? ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਇੱਥੇ ਗ੍ਰਿਲ ਲਵਾਤੀ ਜਾਵੇ ਉੱਚੀ ਕਰਕੇ, ਤਾਂ ਕਿ ਕੋਈ ਟੱਪ ਕੇ ਅੰਦਰ ਨਾ ਆ ਸਕੇ, ਫਿਰ ਦੇਖਾਂਗੇ ਟੂਣਾ ਕੌਣ ਕਰਦਾ। ਵੈਸੇ ਤੁਹਾਨੂੰ ਦੱਸਿਆ ਕਿੰਨੇ ਕੀ ਇੱਥੇ? ਭਾਜੀ ਮੈਨੂੰ ਆਪ ਲੱਭਾ ਇੱਥੇ, ਮੈਂ ਟਾਇਰ ਲੈਣਾ ਸੀ, ਲੱਭਦਾ ਮੈਂ ਇੱਥੇ, ਮੈਂ ਕਿਹਾ ਚਲੋ ਮਾੜਾ ਜਿਹਾ ਪਾਰਕ ਦੇ ਦੇਖ ਲਈਏ, ਇੱਥੇ ਟੂਣਾ ਦੇਖਿਆ ਤੇ ਮੈਂ ਸਾਰਿਆਂ ਨੂੰ ਦੱਸਿਆ। ਅੱਛਾ ਉਸ ਤੋਂ ਬਾਅਦ ਤੁਸੀਂ ਸਫਾਈ ਕੀਤੀ? ਹਾਂ ਸਫਾਈ ਕੀਤੀ, ਆ ਝਾੜੂ ਨਵਾਂ ਲੈ ਗਿਆ ਮੈਂ, ਰੱਬ ਦੀ ਸੌਂ ਲੱਗੇ, ਆ 40 ਰੁਪਏ ਝਾੜੂ ਲਿਆਂਦਾ ਤੇ ਝਾੜੂ ਲਿਆ, ਸਾਰਾ ਕੁਝ ਲਿਆ ਮੈਂ ਭਾਜੀ, ਪਰ ਮੈਂ ਸਫਾਈ ਕੀਤੀ। ਕੀ ਇਹਦੇ ਵਿੱਚ ਕੀ ਹੈਗਾ? ਇੱਥੇ ਟੂਣਾ ਭਾਜੀ, ਟੂਣਾ ਦੇ ਵਿੱਚ ਟੂਣਾ ਕੀ ਹੈ? ਟੂਣੇ ਦੇ ਵਿੱਚ ਕੀ ਗੁੱਡੀਆਂ ਵਾ, ਕਿੱਲ ਵਾ, ਸੰਦੂਰ ਆ, ਬਹੁਤ ਕੁਛ ਇਹਦੇ ਵਿੱਚ ਭਾਜੀ। ਅੱਛਾ ਤੇ ਲੋਕਾਂ ਨੇ ਟੂਣਾ, ਤੁਹਾਨੂੰ ਡਰ ਨਹੀਂ ਲੱਗਿਆ ਟੂਣਾ? ਡਰ ਤੇ ਹੁਣ ਡਰ ਕਾਹਦਾ, ਜੇ ਮੈਂ ਡਰ ਗਿਆ ਤਾਂ ਫਿਰ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਕੌਣ ਕੱਢੇਗਾ? ਮੈਂ ਵਹਿਮਾਂ ਭਰਮਾਂ 'ਚੋਂ ਕੱਢ ਕੇ ਲੋਕਾਂ ਦਾ ਸਾਥ ਦੇ ਰਿਹਾ, ਲੋਕਾਂ ਦੇ ਨਾਲ ਖੜਾ। ਦੇਖੋ ਜੀ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਮੈਂ ਵਹਿਮਾਂ ਭਰਮਾਂ 'ਚ ਕੱਢ ਰਿਹਾ, ਤੇ ਇੱਕ ਪਾਸੇ ਜਿਹੜੇ ਤਾਂਤਰਿਕ ਕਿੰਨੇ ਸਾਰੇ ਐਡ ਚਲਾ ਰਹੇ ਨੇ, ਕਿੰਨਾ ਕੁਝ ਹੋ ਰਿਹਾ, ਉਹਨਾਂ ਦੇ ਉੱਪਰ ਕਿਵੇਂ ਠੱਲ ਪਾਉਂਗੇ? ਮੈਂ ਕਿਹਾ ਉਹ ਸੀਸੀਟੀਵੀ ਕੈਮਰੇ ਲੱਗੇ ਸਾਹਮਣੇ, ਸਰਕਾਰ ਨੂੰ ਕਹੋ ਖੰਗਾ ਲਓ, ਉਹ 'ਚ ਜਿਹੜਾ ਬੰਦਾ ਕਹਿੰਦਾ ਤੇ ਪਰਚਾ ਦਰਜ ਕਰੋ, ਕਿਉਂ ਨਹੀਂ ਹੋ ਰਿਹਾ ਪਰਚਾ ਦਰਜ? ਮੈਂ ਪਰਚੇ ਦਰਜ ਕਰਾਉਂਗਾ, ਜਿਹੜਾ ਵੀ ਕੋਈ ਗਲਤ ਕੰਮ ਕਰੇਗਾ ਮੈਂ ਉਹਦੇ ਖਿਲਾਫ ਖੜਾ, ਚਾਹੇ ਕੋਈ ਹੋਵੇ, ਚਾਹੇ ਦੇਸ਼ ਦਾ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ, ਮੈਂ ਜਿਹਦੇ ਖਿਲਾਫ ਖੜਾਉਂਗਾ ਦੁਨੀਆ ਜਾਣੇਗੀ, ਕਿਉਂਕਿ ਖਬਰ ਚੱਲਦੀ ਹੈ, ਆਪਾਂ ਸੱਚ ਦੇ ਰਾਹ ਚੱਲੇ ਹਾਂ, ਸੱਚ ਦੇ ਰਾਹ 'ਤੇ ਖੜੇ ਹਾਂ ਭਾਜੀ, ਮਿਹਰਬਾਨੀ, ਧੰਨਵਾਦ। ਤੁਸੀਂ ਤੁਹਾਡਾ ਕੋਈ ਗੀਤ ਗੂਤ ਵੀ ਆ ਰਿਹਾ ਕਹਿ ਰਹੇ ਹੋ? ਮੇਰੀ ਫਿਲਮ ਆ ਰਹੀ ਹੈ, ਨਹੀਂ ਮੈਂ ਸੱਸ ਕੁੱਟਣੀ ਪਾਰਟ 2 ਪਹਿਲੀ ਤਰੀਕ ਨੂੰ ਫਿਲਮ ਰਿਲੀਜ਼ ਹੋ ਰਹੀ ਹੈ, ਥੀਏਟਰਾਂ 'ਚ ਚੱਲੇਗੀ ਪਹਿਲੀ ਤਰੀਕ ਨੂੰ, ਔਰ ਮਹਾਰਾਜ ਚਿੰਤਪੁਰਨੀ ਦੀ ਕਿਰਪਾ ਵਾ। ਆਪਾਂ ਦੇਖੋ ਰੋਂਦੇ ਰੋਂਦੇ ਕਿਹਾ ਸੀਗਾ ਵੀ ਮੇਰੇ ਘਰ ਦੀਆਂ 9 ਵੋਟਾਂ ਵਾ ਤੇ ਮੈਨੂੰ 5 ਪਈਆਂ ਸੀ, ਮਾਤਾ ਨੇ ਇੰਨਾ ਫੇਮਸ ਕਰ ਦਿੱਤਾ, ਮਾਤਾ ਦਾਤੀ ਬਹੁਤ ਦਿੰਦੀ ਸੇਵਾ, ਮਾਤਾ ਰਾਣੀ ਦੇ ਦਿਲਾਂ ਲੱਗੇ ਆਪਾਂ, ਸਾਨੂੰ ਪਰਵਾਹ ਨਹੀਂ ਕਿਸੇ ਚੀਜ਼। ਅੱਛਾ ਤੁਸੀਂ ਤਾਂ ਕਹਿੰਦੇ ਹੋ ਮੈਂ ਨਹੀਂ, ਮੈਂ ਸੱਸ ਕੁੱਟਣੀ ਪਾਰਟ 2 ਫਿਲਮ ਆ ਰਿਹਾ, ਇਹ ਤਾਂ ਫਿਲਮ ਪਹਿਲਾਂ ਵੀ ਕੋਈ ਆ ਚੁੱਕੀ ਹੈ ਕਿਸੇ ਹੀਰੋ ਦੀ, ਕਾਪੀਰਾਈਟ ਇਸ਼ੂ ਨਾ ਪਊ ਤੁਹਾਨੂੰ? ਨਹੀਂ ਨਹੀਂ ਨਹੀਂ, ਵੱਡੀ ਫਿਲਮ ਚੱਲ, ਜਦੋਂ ਵੋਟਾਂ ਲੜੇ ਉਦੋਂ ਦੀ ਫਿਲਮ ਹੈ। ਅੱਛਾ
ਚੰਡੀਗੜ੍ਹ ਰਿਲੀਜ਼ ਹੋਈ ਸੀ। ਅੱਛਾ, ਕਿਤੇ ਕਿਤੇ ਰਿਲੀਜ਼ ਹੋ ਰਹੀ ਹੈ? ਸਾਰੇ ਪੰਜਾਬ ਚ, ਪੂਰੇ ਇੰਡੀਆ ਚ, ਪੂਰੇ ਭਾਰਤ ਦੇਸ਼ ਚ। ਕਿਹੜੀ ਤਰੀਕ ਨੂੰ, ਕੀ ਡੇਟ ਹੈ? ਪਹਿਲੀ ਤਰੀਕ ਨੂੰ ਸਵੇਰੇ। ਅੱਛਾ, ਨੀਟੂ ਬਾਈ ਕੋਈ ਗਾਣਾ ਸੁਣਾ ਸਕਦੇ ਤੁਸੀਂ? ਨਹੀਂ, ਗਾਣਾ ਨਹੀਂ, ਮੈਂ ਤੂੰ ਚੱਕਿਆ, ਮੈਂ ਨਹਾ ਲੂ ਕੇ ਫਿਰ ਗੱਲ ਕਰੂੰਗਾ। ਚਲੋ, ਬਿਲਕੁਲ ਸ਼ੁਕਰੀਆ ਜੀ, ਤੁਸੀਂ ਸਮਾਂ ਦਿੱਤਾ। ਛੱਟਾ ਵਾਲੇ ਨੇ ਜਿੰਨਾ ਵੱਲੋਂ ਕੀਤਾ ਗਿਆ ਸੀ ਇਸ ਚੌਂਕ ਦੇ ਵਿੱਚ, ਲਾਲ ਬਹਾਦਰ ਸ਼ਾਸਤਰੀ ਚੌਂਕ ਹੈਗਾ ਹੈ ਜਿਸ ਜਗ੍ਹਾ ਦੇ ਉੱਤੇ ਟੂਣਾ ਕੀਤਾ ਗਿਆ ਸੀਗਾ, ਤਾਂ ਨੀਟੂ ਛੱਟਾ ਵਾਲੇ ਨੂੰ ਕਿਸੇ ਨੇ ਦੱਸਿਆ ਕਿ ਇਸ ਜਗ੍ਹਾ ਦੇ ਉੱਤੇ ਟੂਣਾ ਕੀਤਾ ਗਿਆ, ਇਸ ਤੋਂ ਬਾਅਦ ਇਸ ਜਗ੍ਹਾ ਤੇ ਸਾਫ਼ ਕਰਕੇ ਟੂਣਾ ਜਿਹੜਾ ਹੈਗਾ ਹੈ ਉਹ ਪੂਰਾ ਚੱਕਿਆ ਹੋਇਆ, ਤੇ ਉਸ ਤੋਂ ਬਾਅਦ ਹੁਣ ਨੀਟੂ ਛੱਟਾ ਵਾਲਾ ਵੱਲੋਂ ਜਿਹੜਾ ਹੈਗਾ ਉਹ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਿਸ ਵਿਅਕਤੀ ਨੇ ਇਸ ਚੌਂਕ ਦੇ ਵਿੱਚ ਟੂਣਾ ਕੀਤਾ ਹੈ ਉਸ ਦੇ ਉੱਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ। ਕੈਮਰਾ ਪਰਸਨ ਪੰਕਜ ਦੇ ਨਾਲ ਰਾਜੂ ਗੁਪਤਾ, ਰੈੱਡ ਬਾਕਸ ਟੀਵੀ, ਜਲੰਧਰ।